मजीद इस तरह की वीडियो देखने के लिए हमारे जानी बेस्ट चैनल को सब्सक्राइब करें और बेल आइकन को प्रेस करें ताकि मजीद इस तरह की वीडियो की नोटिफिकेशन आपको टाइम पर मिलती रहे। बिस्मिल्लाहिर्रहमानिर्रहीम, अस्सलाम वालेकुम प्यारे दोस्तों, मेरा नाम है आतिफ शहजाद, आप देख रहे हो जानी बेस्ट चैनल। दोस्तों जी 13 जुलाई 2024 दिन है आज, हफ्ते का लास्ट वीडियो हमेशा जितना हक बाउडरी फार्म सालम इंटरचेंज तहसील बलवाल जिला सरगोध। आज की वीडियो एक रिकॉर्ड याफ्ता वीडियो होने वाली है क्योंकि आज हाजी साहब ने मेरा भी यही दिल्ली राय होनी है और थोड़े ब्राह्मण की रेगुलर वेखने वाले भी यही दिल्ली राय होनी है कि तकरीबन कोई 4-5 वीडियो तो हाजी साहब का जो माल से ना पूरे म्यार से कोई 1-2 गावं 3 गावं अपने पुराने म्यार से चल दिया सन, बाकी ब्राह करते सस्तियाँ दो कुछ जहज दो उद्दे से वीडियो होंगी सी। लेकिन आज की वीडियो माशाला चिट्टिया डबिया पाड़िया मूँह च दुदिया वैणा यह कद बुद्ध तुम्हें विखाने गिरलैंडों के जोड़े लग रहे हैं कि वीडियो थोड़े वास्ते माशाला जी बड़ी खास होनी है और उन्होंने ब्राह्मा ली कि क्वालिटी पूरी होएगी, पूरी डिटेल की है। हाई साहब को लेंदे आके वीडियो किवे दी आज दी अस्सलाम वालेकुम। वालेकुम सलाम हाई साहब, सलाम अलैकुम जी। फिर तो ब्राह्मा ली सब तो पहले तो मैं मुबारकबाद देना कि आज के जो दाने लाए ना क्रास हो के बड़ा कमाल जानी भाई माशाला ये उन्होंने ब्राह्मा की मुहब्बत है ਸਾਡੇ ਨਾਲ ਪਿਆਰ ਹੈ ਕਿ ਜਿਹੜੇ ਓਵਰਸੀਜ਼ ਪਾਕਿਸਤਾਨੀ ਔਰ ਪਾਕਿਸਤਾਨ ਦੇ ਵਿੱਚ ਸਾਨੂੰ ਇਤਨਾ ਲਾਈਕ ਕਰ ਰਹੇ, ਸ਼ੇਅਰ ਕਰ ਰਹੇ, ਸਾਡੀ ਵੀਡੀਓ ਮਾਸ਼ਾਅੱਲਾ ਵੇਖ ਕੇ ਸਾਡਾ ਕਾਰੋਬਾਰ ਕਰ ਰਹੇ। ਮੈਂ ਸਾਰਿਆਂ ਭਾਈਆਂ ਦਾ ਸ਼ੁਕਰੀਆ ਵੀ ਅਦਾ ਕਰਦਾ, ਸਾਰਿਆਂ ਨੂੰ ਸਲਾਮ ਪੇਸ਼ ਕਰਦਾ ਔਰ ਉਹਨਾਂ ਦੀ ਇਹ ਮੁਹੱਬਤ ਨਾਲ ਨਾ ਇਹ ਅੱਲਾਹ ਪਾਕ ਨੇ ਸਾਡਾ ਕੰਮ ਚਲਾਇਆ ਅਤੇ ਜਾਨਵਰ ਜਿਹੜੇ ਨਾ ਇੱਕ ਦੀ ਤਾਰੀਫ ਨਹੀਂ ਕਰਨੀ, ਤਾਰੀਫ ਤਾਂ ਮੇਰੇ ਸੁਣ ਰੱਬ ਦੀ ਹੈ। ਸਾਡੀ ਕਿਹੜੀ ਹੈ, ਸਾਡੀ ਤਾਂ ਮਤਲਬ ਇਹ ਕਿ ਦੁਆ ਹੈ ਕਿ ਅੱਲਾਹ ਪਾਕ ਸਾਨੂੰ ਜਾਨਵਰ ਚੰਗੇ ਦੇਵੇ, ਅਸੀਂ ਭਾਈਆਂ ਦਾ ਸ਼ੌਕ ਚੰਗਾ ਕਰਾਈਏ। ਮਾਸ਼ਾਅੱਲਾ ਜਿਹੜੇ ਅੱਜ ਜਾਨਵਰ ਲੱਗ ਰਹੇ ਨਾ ਮੂੰਹ ਚੋਂ 2 ਦੰਦ ਫਸਟ ਟਾਈਮਰ ਔਰ ਸੈਕਿੰਡ ਟਾਈਮਰ ਕਿ ਭਾਈਆਂ ਨੇ ਹਰ ਜਾਨਵਰ ਦੀ ਬਰੀਡ ਹੈ ਮਹਿਸੂਸ ਹੋਈ ਕਿ ਬਰੀਡ 'ਤੇ ਬਲੱਡ ਲੈਣ 'ਤੇ ਫੋਕਸ ਹੈ। ਪਰ ਗਾਵਾਂ 40-45 ਕਿਲੋ ਦੇ ਬਲੱਡ ਲੈਣ ਦੇ ਵਿੱਚ ਹਨ ਸ਼ਾਮਿਲ, ਠੀਕ ਹੈ। ਅਤੇ ਫਿਰ ਭਰਾ ਮੇਰੇ ਵਾਸਤੇ ਕਮੈਂਟ ਵਿੱਚ ਮਾਸ਼ਾਅੱਲਾ ਕਰਦੇ ਜਾਨਵਰ ਜਾਨੀ ਬਾਈ ਨਾ ਗੱਲਾਂ ਨਾਲ ਵਿਕਦੇ ਜਾਨਵਰ ਵਿਕਦੇ ਮੁਕੱਦਰ ਨਸੀਬ ਅਤੇ ਬਲੱਡ ਲੈਣ ਚੰਗਾ ਹੋਵੇ ਤੇ ਗੱਲ ਜੈਨੀਅਨ ਹੋਵੇ। ਗਾਵਾਂ ਦਾ ਸ਼ੌਕ ਕਰਾ ਰਿਹਾ 8 ਦਾ ਅਤੇ ਜਾਨਵਰ ਕੁਝ ਕੱਚੇ ਵੀ ਹੈ ਜਿਹੜੇ ਭਰਾ ਵੀ ਆ, ਕੋਈ ਗਾਵਾਂ ਸੂਈਆਂ ਵੀ ਹਨ। ਇਨਸ਼ਾਅੱਲਾ ਤਾਲਾ ਭਰਾਵਾਂ 24 ਘੰਟੇ ਮਾਲ ਜਿਹੜਾ ਨਾ ਦਿਨ ਰਾਤ ਜਾਨੀ ਬਾਈ 6 ਲੋਡ ਹੁੰਦੀਆਂ 6 ਨਵੀਆਂ ਆ ਜਾਣੀ ਜ਼ਿੰਦਾਬਾਦ। ਸਾਡਾ ਰੈਗੂਲਰ ਇਹ ਕੰਮ ਹੈ ਕਿ ਜਿਹੜਾ ਭਾਈ ਵੀ ਆਵੇ ਸਫ਼ਰ ਕਰਕੇ ਹੁਣ ਜਾਨਵਰ 24 ਘੰਟੇ ਮਿਲੇ ਚੰਗੀ ਤੋਂ ਚੰਗੀ ਚੰਗੀ ਤੋਂ ਚੰਗੀ ਵੀਡੀਓ ਖਾਸ ਹੋਣ ਵਾਲੀ ਅੰਤ ਤੱਕ ਵੇਖੋ, ਚੱਲਦੇ ਰਹੇ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾਓ, ਟਾਈਮ ਜ਼ਾਇਆ ਨਹੀਂ ਕਰਾਂਗੇ, ਚੱਲ ਤਾਂ ਆਪਣਾ ਨੰਬਰ ਕੀ ਬਿਸਮਿਲ੍ਲਾਹਿਰ੍ਰਹਮਾਨਿਰ੍ਰਹੀਮ। ਦੋਸਤੋ ਜੀ ਹੱਕ ਬਾਊ ਡੇਅਰੀ ਫਾਰਮ 'ਤੇ ਅੱਜ ਦੀ ਵੀਡੀਓ ਦਾ ਪਹਿਲਾ ਦਾਣਾ ਸਕਰੀਨ ਦੇ ਉੱਤੇ ਤੁਹਾਡੇ ਸਾਹਮਣੇ ਹਾਜੀ ਅਰਸ਼ਦ ਇਕਬਾਲ ਸਾਹਿਬ ਹੱਕ ਬਾਊ ਡੇਅਰੀ ਫਾਰਮ। ਮਾਸ਼ਾਅੱਲਾ ਅੱਜ ਤੁਹਾਡੇ ਵਾਸਤੇ ਫਿਰ ਤੋਂ ਬੜੀਆਂ ਹੀ ਖੂਬਸੂਰਤ ਵੈੜਾਂ ਲੈ ਕੇ ਹਾਜ਼ਰ ਹੋਏ ਨੇ ਅੱਜ। ਮਾਸ਼ਾਅੱਲਾ ਜੀ 8-9 ਜਾਨਵਰਾਂ ਦਾ ਸ਼ੋਅ ਕਰਾਉਣਾ, ਮੁਖਤਸਾਰ ਵੀਡੀਓ ਕਰਾਂਗੇ। ਕਈ ਭਾਈ ਦੋਸਤ ਕਾਲ ਵੀ ਕਰਦੇ ਨੇ, 9-10 ਜਾਨਵਰ ਦੇ ਤਾਂ 2-2 ਮਿੰਟ ਵੀ ਲਾਈਏ ਤਾਂ 20 ਮਿੰਟ ਤਾਂ ਭਾਈ ਜਾਨ ਪੱਕੇ ਹੋ ਹੀ ਜਾਣੇ ਨੇ। ਇਸ ਲਈ ਇਹ ਗੱਲ ਜ਼ਰੂਰ ਵੇਖਿਆ ਕਰੋ ਕਿ ਗਾਂ ਪੂਰੀ ਵਿਖਾਣੀ ਹੁੰਦੀ ਹੈ, ਗੱਲ ਪੁੱਛਣੀ ਹੁੰਦੀ ਹੈ। ਹਾਜੀ ਸਾਹਿਬ ਜੀ ਵਾਰਾ ਕਿਨਵੇਂ? ਤਕਰੀਬਨ ਕੀ ਟਾਈਮ ਜਾਨੀ ਬਾਈ ਅਜੇ ਗਾਂ ਜਿਹੜੀ ਹੈ ਨਾ ਅੱਲਾਹ ਪਾਕ ਦੀ ਜ਼ਿੰਦਗੀ ਕਰੇ ਨਾ ਜਿਹੜਾ ਦਾ ਸਵਾਬ ਹੈ ਨਾ ਅਡਰ ਵਾਲਾ ਉਹ ਜਾਨੀ ਬਾਈ ਹੈ ਨਜ਼ਰ ਆ ਰਿਹਾ ਬ੍ਰਾਹਮਣ, ਕੋਈ ਲੋਹ ਨਹੀਂ, ਕੋਈ ਹਵਾ ਨਹੀਂ, ਕੋਈ ਕੁਝ ਨਹੀਂ, ਮਾਸ਼ਾਅੱਲਾ ਠੀਕ ਹੈ। ਤੇ ਬਹੁਤ ਸ਼ਰੀਫ ਜਿਹਾ ਜਾਨਵਰ ਹੈ, ਅੱਛੀ ਚੀਜ਼ ਹੈ, ਬਹੁਤ ਹੀ ਅੱਛੀ ਚੀਜ਼ ਹੈ। ਗਾਂ ਦੀਆਂ ਬਰੀਕੀਆਂ ਕੁਆਲਿਟੀਆਂ
ਫੇਸ ਕੁਆਲਿਟੀ ਵੇਖਣ ਛੋਟੇ ਕੰਨ ਮਤਲਬ ਇਹ ਕਿ ਪੂਰੀ ਪੂਰੀ ਵੇਖ ਕੇ ਲਿਆ ਵੀ ਇਹ ਤੇ ਅੱਛੀ ਚੀਜ਼ ਹੈ ਪੂਰੀ ਚੀਜ਼ ਫੇਰ ਕੇ ਲਿਆ ਗੱਲ ਵੀ ਇੰਜ ਦੀ ਆ ਜੀ ਸਾਹਿਬ ਕਰਾਣੀ ਗੱਲ ਬੜੀ ਪਿਆਰ ਦੀ ਦੁੱਧ ਦੀ ਫਸਟ ਟਾਈਮ ਹਰੀਰਾ ਮੁੱਠ ਵਾਲੇ ਥਾਣ ਗਰਮੀ ਨਾ ਕਰਨ ਵਾਲੀ ਗਰਮੀ ਬਰਦਾਸ਼ਤ ਕਰਨ ਵਾਲੀ ਚੀਜ਼ ਫਿਰ ਲਿਬਾਸ ਕੱਟ ਵਾਲਾ ਬਣਾ ਰਹੀ ਹੈ ਬਕੋਲ ਹਾਜੀ ਸਾਹਿਬ ਦੇ ਫਸਟ ਟਾਈਮ ਔਰ ਜਿਹੜਾ ਭਰਾ ਆਉਣਾ ਚਾਹੇ ਬਿਸ਼ੱਕ ਮੌਕੇ ਤੇ ਆ ਕੇ ਚੈੱਕ ਕਰੇ ਕਿ ਹਰ ਮੌਸਮ ਲਈ ਚੱਲਣ ਵਾਲਾ ਸੋਹਣਾ ਦਾਣਾ ਹੈ ਅਜੇ ਸਾਹਿਬ ਜੀ ਪਹਿਲਾ ਜਾਨਵਰ ਹੈ ਮੁਖਤਸਰ ਗੱਲ ਕਰੀ ਛੋਟੀ ਜਾਨੀ ਭਾਈ ਗਾਂ ਚਮਕ ਰਹੀ ਹੈ ਜਿਵੇਂ ਸ਼ੀਸ਼ਾ ਮਤਲਬ ਇਤਨੀ ਗਾਂ ਦੀ ਬਰੀਕ ਜਿਲਦ ਹੈ ਔਰ ਜਿਸ ਜਾਨਵਰ ਦੀ ਬਰੀਕ ਜਿਲਦ ਹੋਵੇ ਟਿਸ਼ੂ ਪੇਪਰ ਆਲ ਇਤਨੀ ਖੂਬਸੂਰਤੀ ਹੋਵੇ ਉਸ ਗਾਂ ਦਾ ਦੁੱਧ ਦੀ ਬਰੀਡ ਦਾ ਬਹਿਣ ਪਤਾ ਚੱਲ ਜਾਂਦਾ ਐਂ ਜੀ ਔਰ ਇਨਸ਼ਾਅੱਲਾ ਤਾਲਾ ਜਿਹੜਾ ਗਾਂ ਦਾ ਅਡਰ ਹੈ ਜਾਨੀ ਭਾਈ ਉਹ ਨਜ਼ਰ ਆ ਰਿਹਾ ਭਰਾਵਾਂ ਨੂੰ ਵੀ ਕਿ ਇਸ ਬੈਡ ਇਨ ਦੁੱਧ 5-26 ਲੀਟਰ ਕਰਨਾ ਕੋਈ ਮੁਸ਼ਕਲ ਨਹੀਂ ਫਾਈਨਲ ਪ੍ਰਾਈਸ ਕੀ ਹੈ ਫਾਈਨਲ ਹਾਂ ਨਾਲ ਜਾਨੀ ਭਾਈ ਬੱਚੀ ਮੇਰੀ ਇਹ ਪੂਰੇ 6 ਲੱਖ ਦੀ ਜਿਸ ਭਾਈ ਨੇ ਚੰਗੀ ਲੱਗੀ ਨਾ ਨੋ ਔਰ ਯੈਸ 5,60,000 ਦੀ 5,60,000 ਦਾ ਪਹਿਲਾ ਨਗ ਸਕਰੀਨ ਦੇ ਉੱਤੇ ਤੁਹਾਡੇ ਸਾਹਮਣੇ ਜੀ ਲੱਗ ਚੁੱਕਾ ਹੈ ਹੱਕ ਬਾਉ ਡੇਰੀ ਫਾਰਮ ਦੇ ਉੱਤੇ ਪਹਿਲੇ ਨਗ ਦਾ ਰੇਟ ਹੈ 5,60,000 ਕਰਕੇ ਨਾ ਮੁਕੰਮਲ ਜਿਸ ਭਾਈ ਦਾ ਦਿਲ ਕਰੇ ਟੋਕਨ ਕਰੇ ਵਾਹ ਜੀ ਵਾਹ ਕਿ ਮੌਕੇ ਤੇ ਪਸੰਦ ਆਵੇ ਤੇ ਫਿਰ ਗਾਉਂ ਦੀ ਹੈ ਟੋਕਨ ਕਾਬਲੇ ਵਾਪਸੀ ਦੋਸਤੋ ਜੀ ਟੋਕਨ ਵੀ ਕਾਬਲੇ ਵਾਪਸੀ ਹੈ 5,60,000 ਅਗਰ ਕਿਸੇ ਨੂੰ ਮੌਕੇ ਤੇ ਆ ਕੇ ਵੀ ਨਾ ਪਸੰਦ ਆਵੇ ਆਈ ਸਾਹਿਬ ਨੇ ਬੜੀ ਵੱਡੀ ਗੱਲ ਕਰ ਛੱਡੀ ਹੈ ਦਾਣਾ ਨੰਬਰ 1 ਹੁਣ ਚੱਲਦਾ ਹੈ ਦਾਣਾ ਨੰਬਰ 2 ਮਾਸ਼ਾ ਜੀ ਡੱਬੀਆਂ ਬਾੜੀਆਂ ਗਾਵਾਂ ਦੋਸਤੋ ਜੀ ਜਾਨਵਰ ਨੰਬਰ ਆ ਚੁੱਕਾ ਹੈ 2 ਹੱਕ ਬਾਉ ਡੇਰੀ ਹੋਵੇ ਜਾਨਵਰਾਂ ਦਾ ਮਿਆਰ ਸਟੈਂਡਰਡ ਨਾ ਹੋਵੇ ਹੋ ਨਹੀਂ ਸਕਦਾ ਅੱਜ ਹਾਜੀ ਸਾਹਿਬ ਕੋਲ ਬੜੇ ਬੜੇ ਸੋਹਣੇ ਨਗ ਤੁਹਾਨੂੰ ਵਿਖਾਣੇ ਨੇ ਵੀਡੀਓ ਜ਼ਰਾ ਥੰਮ ਕੇ ਸਕੂਨ ਦੇ ਨਾਲ ਵੇਖਣੀ ਹੈ ਮੈਂ ਤੁਹਾਨੂੰ ਰਿਕੁਐਸਟ ਕਰ ਰਿਹਾ ਰੀਜ਼ਨ ਕਿ ਜਾਨਵਰ ਅੱਜ ਕਮਾਲ ਨੇ ਆ ਇੱਕ ਤੋਂ ਵੱਧ ਕੇ ਇੱਕ ਵੈੜੀ ਵਿਖਾਵਾਂਗੇ ਗੱਬੜਾ ਵਿਖਾਵਾਂਗੇ ਸੂਈਆਂ ਵਿਖਾਵਾਂਗੇ ਅਗਲੀ ਵੀਡੀਓ ਆਈ ਸਾਹਿਬ ਦੀ ਮੁਹਰਮ 10ਵੀਂ ਮੁਹਰਮ ਤੋਂ ਬਾਅਦ ਆਣੀ ਹੈ ਵੈਸੇ ਵੀ ਤੇ ਤੁਹਾਨੂੰ ਇਸ ਲਈ ਅੱਜ ਆਈ ਸਾਹਿਬ ਦੀ ਲਾਸਟ ਵੀਡੀਓ ਹੈ ਪੂਰਾ ਸ਼ੋਕ ਕਰਾ ਰਹੇ ਹਾਂ ਕਿ ਇਨਸ਼ਾਅੱਲਾ ਮਜ਼ਾ ਆਏਗਾ ਵੀਡੀਓ ਦਾ ਆਖੋਗੇ ਕਿ ਜਾਨਵਰ ਮਿਆਰੀ ਆ ਹਾਜੀ ਸਾਹਿਬ ਜਾਨੀ ਭਾਈ ਇਨਸ਼ਾਅੱਲਾ ਤਾਲਾ ਭਾਈਆਂ ਦਾ ਸ਼ੌਕ ਜਿਹੜਾ ਨਹੀਂ ਅੱਜ ਉਹ ਅੱਲਾ ਦੇ ਹੁਕਮ ਤੋਂ ਪੂਰਾ ਹੋ ਸੀ ਗਿਆ ਆ ਵੇਖੇ ਨਾ ਜ਼ਿੰਦਾਬਾਦ ਠੀਕ ਕੱਚੀ ਵੈੜ ਹੈ ਕੱਚੀ ਵੈੜ ਜਾਨੀ ਭਾਈ ਗੁੱਲਾ ਸੋਹਣਾ ਚਮਕ ਜਾ ਫੇਸ ਕੋਲ ਆ ਗਿਆ ਤੇਰਾ ਫੇਸ ਕੋਲ ਜਾ ਤੇ ਸਾਹਮਣੇ ਆ ਗਾਂ ਦੀ ਕੀ ਬਰੀਡ ਇੰਪੋਰਟਡ ਫੇਸ ਨਾਲ ਹੈ ਮੁੱਠ ਦਾ ਥਾਣ ਦੋਨੋਂ ਗਾਵਾਂ ਦੀ ਬਰੀਡ ਜਿਹੜੀ ਹੈ ਨਾ ਜੋੜਾ ਲਾ ਰਹੇ ਆ ਇੱਕ ਗਾਂ ਸੂਈ ਹੈ ਤੇ ਗੱਬਣ ਹੈ ਕਿ ਭਰਾਈਆਂ ਨੂੰ ਫੋਕਸ ਹੋਇਆ ਨਾ ਕਿ ਜਾਨਵਰ ਜਿਹੜੇ ਨੇ ਉਹ 28-30 ਕਿਲੋ ਦੀ ਬਰੀਡ ਵਾਲੇ ਹਨ ਤੇ ਫਿਰ ਭਾਈਆਂ ਕਮੈਂਟ ਚ ਮਾਸ਼ਾਅੱਲਾ ਲਿਖ ਕੱਢ ਭਾਈ ਦੁੱਧ ਦੀ ਬਰੀਡ ਵੇਖ ਲਈ ਤੁਸੀਂ 28-30 ਲੀਟਰ ਵਾਲਾ ਜਾਨਵਰ ਹੋਇਆ ਤੇ ਫਿਰ ਮਾਸ਼ਾਅੱਲਾ ਤੁਸੀਂ ਸਲੈਕਟ ਕਰਨਾ ਹੈ ਮਾਸ਼ਾਅੱਲਾ ਜਾਨੀ ਭਾਈ ਜਿਹੜੀ ਇਹ ਗਾਂ ਡਰਾਈਵਰ ਹੋਣ ਵਾਲੀ ਜਿਹੜੀ ਗੱਬਣ ਹੈ ਹਾਂਜੀ ਠੀਕ ਹੈ ਜਦੋਂ ਮੇਰੀ ਗਾਂ ਤਿਆਰ ਹੋਈ ਨਾ ਤੇ ਗਾਂ ਸਵਬ ਲਾ ਕੇ ਬੱਚਾ ਦੇਸੀ ਗਈ ਇਨਸ਼ਾਅੱਲਾ ਇਹ ਵੈਰੀ ਪਰ ਉਹਦੀ ਬਰੀਡ ਹੀ ਇੰਦੇ ਪਰ ਇੱਕ ਹੋਰ ਇਹਦੇ ਨਾਲ ਜਿਹੜਾ ਜੋੜੇ ਦਾ ਸ਼ੌਕ ਕਰਾ ਰਹੇ ਨਾ ਜੀ ਸਾਹਿਬ ਬੱਚਾ ਚੋਕ ਲੈ ਮੇਰਾ ਭਾਈ ਬੱਚਾ ਚੋਕ ਲੈ ਉਹ ਵੀ ਤੁਹਾਨੂੰ ਸ਼ੌਕ ਕਰਾਉਂਦੇ ਆ ਕਿ ਇਹਦੇ ਨਾਲ ਦੀ ਜਿਹੜੀ ਬਣੀ ਬੈੜ ਹੈ ਉਹ ਕਿਵੇਂ ਦੀ ਹੈ ਅੱਗੇ ਚੁੱਲਦਾ ਚੱਲ ਮੇਰਾ ਭਰਾ ਹੁੰਦੇ ਸੀ ਹੁੰਦੇ ਆ ਕਿਆ ਕਿਆ ਨੇ ਮਾਸ਼ਾਅੱਲਾ ਮੁਖਤਾਰ ਭਾਈ ਆਪ ਪਕੜ ਲੋ ਗਾ ਚੈੱਕ ਕਰੋ ਜੀ ਇੱਕ ਵਾਰੀ ਹਾਜੀ ਸਾਹਿਬ ਸਵਾਬ ਦੱਸਦਾ ਬੈੜ ਦਾ ਤੈਨ ਕੀ ਆਖਿਆ ਬਿਨ ਇਨਸ਼ਾਅੱਲਾ ਤਾਲਾ ਭਾਈਆਂ ਦਾ ਸ਼ੌਕ ਪੂਰਾ ਉਸੇ ਗੱਲਾਂ ਨਾਲ ਸਾਰੇ ਮੇਰੇ ਫੇਰ ਕੇ ਵਿਖਾ ਬੈੜੀ ਕੱਲੀ ਸ਼ੌਕ ਜਾਨੀ ਭਾਈ ਤਾਂ ਹੀ ਹੁੰਦਾ ਕਿ ਜਾਨਵਰਾਂ ਦੀ ਬਰੀਡ ਹੋਵੇ ਤੇ ਠੀਕ ਹੈ ਹੁਣ ਤਾਂ ਫੇਰ ਬ੍ਰਾਹਮਣ ਦੇ ਸਾਹਮਣੇ ਆ ਪੂਰਾ ਨਖ ਦਾ ਬੋਡੀ ਸਟਰਕਚਰ ਪੂਰੀ ਸ਼ੈ ਵੇਖ ਰਹੇ ਨੇ ਇਹ ਇੱਥੇ ਇੱਕ ਵਾਰੀ ਵੇਖਦੇ ਜਾਓ ਜੀ ਪੂਰੀ ਚੀਜ਼ ਦੇ ਉੱਤੇ ਹੋਵੇ ਫੋਕਸ ਬਲੱਡ ਤੇ ਹੋਵੇ ਫੋਕਸ ਤੇਰੀ ਮਾਸ਼ਾ ਮੌਕਾ ਮਿਲ ਗਿਆ ਪੂਰਾ ਲਿਬਾਸ ਸੋਹਣਾ ਕਰਕੇ ਵਿਖਾਉਣ ਦਾ ਬੱਚੀ ਬੱਚਾ ਬੱਚੀ ਮਾਸ਼ਾਅੱਲਾ ਇੱਕ ਨਹੀਂ ਫਿਰ ਦੋ ਨੇ ਦੋ ਜੀ ਜੱਲੇ ਬੱਚੀ ਹੋਵੇ ਜਾਨਵਰ ਇਹ ਪ੍ਰਿੰਟ ਦੋਵੇ ਡੱਬੇ ਬਾੜੇ ਇੱਥੇ ਲਿਆ ਮੇਰਾ ਭਰਾ ਫਿਰ ਹੋਰ ਕੀ ਚਾਹੀਦਾ ਮਾਸ਼ਾਅੱਲਾ ਇੱਕ ਨਹੀਂ ਦੋ ਹੋ ਗਈਆਂ ਹਾਜੀ ਇਹਨੂੰ ਅੱਧ ਨਹੀਂ ਕੱਟ ਵਾਲਾ ਲਿਬਾਸ ਹੈ ਕੱਟ ਵਾਲਾ ਅਸਲ ਕੱਟ ਵਾਲਾ ਲਿਬਾਸ ਹੈ ਅੱਜ ਮਾਸ਼ਾਅੱਲਾ ਚੈੱਕ ਕਰ ਗਾਂ ਦੇ ਬਰੀਡ ਦੇ ਕਿੰਨਾ ਜਾਨੀ ਭਾਈ ਵੇਖੇ ਨਾ
ਜਰਸੀ ਫ੍ਰੀਜ਼ ਦੇ ਵਿੱਚ ਚੁਸਤਾਨੀ ਦਾ ਹਾਏ ਜਰਸੀ ਫ੍ਰੀਜ਼ ਦੇ ਨਾਲ ਚੁਸਤਾਨੀ ਦਾ ਵਿੱਚ ਹਲਕਾ ਜਿਹਾ ਚੁਸਤਾਨੀ ਦਾ ਇਹਦੇ ਨਾਲ ਮਾਸ਼ਾਅੱਲਾ ਜੀ ਦੂਜੀ ਵੈੜ ਕੱਚੀ ਗੱਬਣ ਉਹ ਵੀ ਇਨਸ਼ਾਅੱਲਾ ਤਾਲਾ ਦੁਆ ਕਰਨੇ ਆ ਇਹ ਵੀ ਵੱਛੀ ਦੇਵੇ ਦੋਵੇਂ ਹੀ ਵੈੜਾ ਮਾਸ਼ਾਅੱਲਾ ਜੀ ਅੱਲਾ ਕਰੇ ਜੀ ਉਹਦੇ ਥੱਲੇ ਅੱਗੇ ਹੀ ਵੱਛੀ ਇਹ ਵੀ ਵੱਛੀ ਦੇ ਜਾਵੇ ਤੇ ਫਿਰ ਜੋੜਾ ਹੀ ਹੋ ਜਾ ਸੀਗਾ ਕਮਾਲ ਦਾ ਹਾਂਜੀ ਇਹ ਹਲੇ ਕੱਚੀ ਉਹ ਤਿਆਰ ਸੂ ਗਈ ਬੋਲਾ ਉਹਦੇ ਕੋਲ ਇਸ ਟਾਈਮ ਮੌਕੇ ਤੇ ਕੀ ਹੋਣਾ ਜਾਨੀ ਬਾਈ ਉਸ ਗਾਂ ਡਰਾਈਵਰ ਹੋਇਆ 3 ਦਿਨ ਹੋ ਗਏ ਹਨ ਇਸ ਵਕਤ ਮੌਕੇ ਤੇ ਜਰਾ ਬੋਲਾ ਬੋਲਾ ਉਹਦੀ 19 ਤੋਂ 20 ਕਿਲੋ ਚਾਹੀਏ 19 ਤੋਂ 20 ਲੀਟਰ ਦੀ ਮਾਸ਼ਾਅੱਲਾ ਔਰ ਦੁੱਧ ਕਰ ਜਾਸੀ ਉਹ ਥੋੜੀ ਚਲ ਕਾਕੇ ਥੋੜੀ ਚਲ 19 ਤੋਂ 20 ਲੀਟਰ ਦੀ ਦੋਸਤੋ ਜੀ ਮੌਕੇ ਦੀ ਚਵਾਈ ਹੈ ਬੋਲੇ ਦੀ ਦੁੱਧ ਵਾਧ ਕਰ ਸੀ ਇਨਸ਼ਾਅੱਲਾ 24 ਬਣੀ ਦੇ ਜਾਨੀ ਬਾਈ 5 ਪਲੱਸ ਵਾਲੀ ਕੰਪਲੀਟਾਂ ਹੁਣ ਅਸੀਂ ਐਵੇਂ ਆ ਕਿ ਭਰਾਵਾਂ 30 ਕਿਲੋ ਵਾਲੀਆਂ ਨੇ ਨਾਰਮਲ ਦੁੱਧ ਦੀ ਕਪੈਸਿਟੀ ਰੱਖਣ ਵਾਲੀਆਂ ਬਰੀਡਾਂ ਜੋੜੀ ਕਮਾਲ ਇੱਕ ਦੇ ਥੱਲੇ ਵੱਛੀ ਇੱਕ ਦੇ ਥੱਲੇ ਮਾਸ਼ਾਅੱਲਾ ਜੀ ਗੱਬਣ ਵਾਲੇ ਅੱਲਾ ਕਰੇ ਉਹ ਵੀ ਵੱਛੀ ਦੇ ਜਾਵੇ ਜੋੜੇ ਹੀ ਸੋਹਣਾ ਇਹ ਹੈ ਇੱਕ ਵਾਰੀ ਇਹਦੀ ਸਾਈਡ ਪ੍ਰੋਫਾਈਲ ਫੇਰ ਵੇਖ ਅੱਜ ਸਾਹਿਬ ਦੋਵਾਂ ਦਾ ਫੇਸ ਵੀ ਸੇਮ ਟੂ ਸੇਮ ਹੈ ਜਾਨੀ ਭਾਈ ਜੋੜਾ ਲਾਏ ਤਾਂ ਹੈ ਦੇਖੇ ਨਾ ਰੰਗ ਵੀ ਇੱਕੋ ਪ੍ਰਿੰਟ ਵੀ ਇੱਕੋ ਪ੍ਰਿੰਟ ਨਸਲ ਦੋਨੋਂ ਗਾਵਾਂ ਦੇ ਬੋਡੀ ਸਟਰਕਚਰ ਮਾਸ਼ਾਅੱਲਾ ਜਿਹੜੀ ਇਹ ਫ੍ਰੀਜ਼ੀਅਨ ਚੁਲਸਤਾਨੀ ਹੈ ਉਹ ਜਰਸੀ ਫ੍ਰੀਜ਼ਨ ਵਿੱਚ ਚੁਲਸਤਾਨੀ ਟੱਚ ਜਰਸੀ ਫ੍ਰੀਜ਼ਨ ਤੇ ਨਾਲ ਚੁਲਸਤਾਨੀ ਟੱਚ ਇਹ ਫ੍ਰੀਜ਼ੀਅਨ ਤੇ ਚੁਲਸਤਾਨੀ ਦਾ ਹਲਕਾ ਫੁਲਕਾ ਕੰਬੀਨੇਸ਼ਨ ਕਰਾਉਂਦੇ ਗਾਵਾਂ ਦੀ ਚਮਕ ਵੇਖ ਕੇ ਮਾਸ਼ਾਅੱਲਾ ਫੇਸ ਕੁਆਲਿਟੀ ਵੇਖ ਦਵਾਂਗੇ ਵੇਖੋ ਜੀ ਮਾਸ਼ਾਅੱਲਾ ਇਹ ਬਾਸ ਛੱਡ ਦੇ ਆਈ ਸੈਂਟਰ ਆ ਬਾਈ ਗੱਲ ਤੇਰੇ ਤੇ ਮੁਕਣੀ ਐ ਬ੍ਰਾਹਮਣ ਵੀ ਪਤਾ ਸਾਨੂੰ ਵੀ ਪਤਾ ਜੀ ਗੱਲ ਕਰ ਮੁਹੱਬਤ ਵਾਲੀ ਜਾਨੀ ਬਾਈ ਜੋੜੇ ਲਵਖਿਆ ਦਾ ਜੋੜਾ ਪੂਰੇ 13 ਲੱਖ ਅੱਛਾ ਜੀ ਜਿਸ ਭਰਾ ਨੂੰ ਚੰਗੀਆਂ ਲੱਗੀਆਂ ਨੇ ਜੋੜਾ ਮੁਖਤਸਾਰ ਕਰੀ 6-5 ਤੇ 6-5 12.5 ਲੱਖ ਰੁਪਏ ਦਾ ਸ਼ਹਿਜ਼ਾਦਾ ਲੱਗਾ ਜੀ ਮਾਸ਼ਾਅੱਲਾ ਵੱਛੀ ਵਾਲੀ ਵੈੜ ਤੇ ਉਹ ਵੈੜ ਜਿਹੜੀ ਕੋਈ ਮਰਜ਼ੀ ਲੈ ਲਵੇ ਜਿਹੜੀ ਮਰਜ਼ੀ ਲੈ ਲਵੇ ਨਾ ਜ਼ਿਆਦਾ ਗੱਲਾਂ ਕਰਨੀਆਂ ਜਾਨੀ ਬਾਈ ਬ੍ਰਾਹਮਣ ਦਾ ਭਾਈ ਫਾੜ ਦੇ ਬੱਚਾ ਚੋਕ ਭਾਈਆਂ ਦਾ ਆ ਕੇ ਵੀਡੀਓ ਚੈੱਕ ਕਰਨੀ ਵੀਡੀਓ ਵਿੱਚ ਜਨਵਰ ਪਸੰਦ ਆਵੇ ਟੋਕਨ ਕਰਨਾ ਮੌਕੇ ਤੇ ਆ ਕੇ ਤਸੱਲੀ ਕਰਕੇ ਆਪਣਾ ਪਾਸ ਕਰਕੇ ਜਨਵਰ ਫਿਰ ਲੋਡ ਕਰਨ ਦੋ ਤਰੀ 6,25,000 6,25,000 ਕਿਸੇ ਦੋਸਤ ਬ੍ਰਾਹਮਣ ਨੂੰ ਚਾਹੀਦਾ ਹੋਵੇ ਮਾਸ਼ਾਅੱਲਾ ਜੀ ਜੋੜਾ ਸਾਡੇ 12 ਲੱਖ ਰੁਪਏ ਦਾ ਜੋੜਾ ਆ ਜਾ ਜੀ ਅਰਸ਼ ਸਾਹਿਬ ਨੇ ਲਾ ਛੱਡਿਆ 6-5 ਤੇ 6-5 ਇਹ ਜੇ ਮਾਸ਼ਾਅੱਲਾ ਜੀ ਸ਼ਹਿਜ਼ਾਦੀਆਂ ਚਿੱਟੀਆਂ ਡੱਬੀਆਂ ਤੇ ਬਾੜੀਆਂ ਕਿਸੇ ਦੋਸਤ ਬਰਾ ਨੂੰ ਚਾਹੀਦਾ ਹੋਵੇ ਜੋੜਾ ਜਲਦੀ ਰਾਬਤਾ ਕਰਨ ਨੂੰ ਮਿਲ ਜਾਣਾ ਨੰਬਰ 2 ਨੰਬਰ 3 6:25 ਚਲਦੇ ਅਗਲੀ ਬਰੀਡ ਕੀ ਲੋ ਜੀ ਦੋਸਤੋ ਸ਼ਹਿਨਸ਼ਾਹ ਗਾਂ ਆ ਗਈ ਹੈ ਸਕਰੀਨ ਦੇ ਉੱਤੇ ਤੁਹਾਡੇ ਸਾਹਮਣੇ ਸ਼ਹਿਨਸ਼ਾਹਾਂ ਦੀਆਂ ਮਾਸ਼ਾਅੱਲਾ ਜੀ ਪਹਿਚਾਨਾਂ ਆਪੇ ਹੀ ਹੋ ਜਾਂਦੀਆਂ ਨੇ ਕਾੜੀ ਕੇ ਵਿਖਾ ਇੱਕ ਵਾਰੀ ਪੂਰੀ ਵੈੜ ਮੱਠੀ ਤੋੜ ਕੇ ਵਿਖਾ ਸ਼ਕੀਨ ਬਰਾ ਦੋਸਤ ਮਾਸ਼ਾਅੱਲਾ ਇੱਕ ਵਾਰੀ ਵੈੜ ਤੁਸੀਂ ਤੁਰਦੀ ਵੇਖਣੀ ਹੈ ਫੋਕਸ ਕਰਿਓ ਇੱਕ ਵਾਰੀ ਕਿ ਚੀਜ਼ ਕੀ ਹੈ ਫਿਰ ਉਸ ਤੋਂ ਬਾਅਦ ਜਾ ਕੇ ਫੈਸਲਾ ਕਰਾਂਗੇ ਕਿ ਮਾਸ਼ਾਅੱਲਾ ਡਿਟੇਲ ਦੀ ਪੂਰੀ ਲੈਣੇ ਹਾਈ ਸਾਹਿਬ ਕੋਲੋਂ ਪਹਿਲਾਂ ਨਖਰਾ ਗਾਂ ਦੀ ਚਮਕ ਤੇ ਫੋਕਸ ਕਰਨਾ ਹਾਜੀ ਅਰਸ਼ਦ ਸਾਹਿਬ ਮੇਰੇ ਨਾਲ ਮੌਜੂਦ ਨੇ ਹਾਜੀ ਸਾਹਿਬ ਜਿਹੜਾ ਚਿੱਟਾ ਨਗ ਨਜ਼ਰ ਆ ਰਿਹਾ ਜ਼ਰਖ ਗੱਲ ਮੁਹੱਬਤਾਂ ਤੇ ਪਿਆਰ ਵਾਲੀਆਂ ਸਾਰੀਆਂ ਦੱਸ ਰਹੇ ਹੋ ਸੀਗਾ ਪਹਿਲੇ ਭਰਾਵਾਂ ਨੂੰ ਸ਼ੌਕ ਕਰਾ ਜਿਹੜੇ ਭਰਾ ਦੇ ਨਾ ਵੱਛੀ ਦੁੰਦੀ ਹੋਵੇ ਮੂੰਹ ਚੋ ਨਾ ਯਾਰ ਫਸਟ ਟਾਈਮਰ ਹੋਵੇ ਇਹ ਵੈਡ ਫਸਟ ਟਾਈਮਰ ਦੁੰਦੀ ਕੈਮਰੇ ਚ ਮੂੰਹ ਚ ਦੋ ਦੰਦ ਐ ਐਨ ਕੱਢ ਕੇ ਢੋਰ ਕੇ ਵਿਖਾ ਇੱਕ ਵਾਰੀ ਮੇਰਾ ਭਾਈ ਤੂੰ 5 ਮਹੀਨੇ ਪਹਿਲੇ ਵੱਛੀ ਲਾਈ ਐ ਸਫੈਦ ਨਾ ਮੈਂ ਆਪਣੇ ਫਾਰਮ ਦੇ ਉੱਤੇ ਨਾ ਇਸ ਬਰੀਡ ਦੀ ਵੱਛੀ ਆਏ ਤੋਂ 5 ਮਹੀਨੇ ਪਹਿਲਾਂ ਤੇਰੇ ਕੰਨ ਤੇ ਲੱਗੀ ਐ ਠੀਕ ਐ ਆਈ ਸਮ ਅੱਜ ਉਹ ਨਾਲ ਦੀ ਫੇਰ ਲਾ ਰਿਹਾ ਹਾਂ ਚੈੱਕ ਕਰੋ ਇੱਕ ਵਾਰੀ ਪੂਰਾ ਹੁਸਨ ਫੇਰ ਕੇ ਵਿਖਾ ਫਿਰਦਾ ਉੱਥੇ ਲੈ ਚੱਲ ਉੱਥੇ ਲੈ ਜਦੋਂ ਵੀ ਪਰੇ ਰੱਖ ਕੇ ਵੈਟ ਟੋਰ ਇੱਕ ਵਾਰੀ ਪੂਰੀ ਬ੍ਰਾਹਮਣ ਨੂੰ ਨਜ਼ਰ ਆਵੇ ਥੋੜੀ ਉੱਤੇ ਰੱਖ ਕੇ ਟੋਰ ਉੱਤੇ ਰੱਖ ਕੇ ਤੋਂ ਇਹ ਵੈੜੀ ਚੈੱਕ ਕਰੋ ਜੀ ਮਾਸ਼ਾਅੱਲਾ ਤੁਹਾਡੇ ਸਾਹਮਣੇ ਮੌਜੂਦ ਹੈ ਇਸ ਦਾ ਬਲੱਡ ਦੇ ਉੱਤੇ ਫੋਕਸ ਕਰਨਾ ਭਾਈਆਂ ਨੇ ਹਾਂ ਇਹ ਬਰੀਡ ਪਾਕਿਸਤਾਨ ਦੀ ਜ਼ਰੂਰ ਹੈ ਬਰੀਡ ਪਾਕਿਸਤਾਨ ਦੀ ਜ਼ਰੂਰ ਹੈ ਪਰ ਹੈ ਕਮਾਲ ਕਿ
ਤੇ ਜਿਹੜੇ ਭਰਾ ਕਹਿੰਦੇ ਨਾ ਕਿ ਪਾਕਿਸਤਾਨ ਦੀ ਬਰੀਡ ਹੋਵੇ ਫਸਟ ਐਮਰ ਹੋਵੇ ਠੀਕ ਹੈ ਮਾਸ਼ਾਅੱਲਾ ਜਾਨੀ ਦੰਦੋ ਕਿੰਨੀ ਇਸ ਗਾਂ ਦਾ ਪੁੱਠਾ ਵੇਖਿਆ ਨਾ ਫਸਟ ਐਮਰ ਦਾ ਬਾਡੀ ਸਟੇਟ ਜਿਹੜਾ ਨਾ ਫੁੱਲ ਹੈ ਉਹ ਬਣ ਸ਼ੋਅ ਕਰਾਣਾ ਉਹ ਖਾਦ ਰੱਖ ਇੱਕ ਵਾਰੀ ਬੂਤੀ ਮੈਂ ਆਪ ਖੁਦ ਬਖਾਣਾ ਕੋਈ ਟੈਨਸ਼ਨ ਕਿਨਾ ਸਟਾਰ ਬੜੇ ਪਿਆਰੇ ਤੇ ਦੁਆ ਜ਼ਰੂਰ ਦੇਵੇਗਾ ਬਸ ਕਿਸ ਫਾਰਮ ਤੇ ਬਰੀਡ ਆਈ ਆਖੇਗਾ ਕਿ ਇਨਸ਼ਾਅੱਲਾ ਤਾਲਾ ਗੱਲਾਂ ਨਾਲ ਨਹੀਂ ਹਾਂ ਹੱਕ ਬਹੁਤ ਆਈ ਹੈ ਹੱਕ ਬਹੁਤ ਆਈ ਬਰੀਡ ਜਿਹੜੀ ਹੈ ਨਾ ਮੈਂ ਇਹ ਵੀ ਨਹੀਂ ਕਹਿਦਾ ਕਿ ਮੇਰੀ ਕੋ ਬਰੀਡ ਇੰਪੋਰਟਡ ਹੈ ਕ੍ਰਾਸ ਹੈ ਟੱਚ ਜ਼ਰੂਰ ਹੈ ਕਿੰਨੇ ਦੀ ਆ ਲੇਕਿਨ ਕਿ ਇਹ ਕ੍ਰਾਸ ਫਸਟ ਐਮਰ ਦਾ ਰਿਕਾਰਡ ਜਿਹੜੀ ਹੈ ਗਾਂ ਦੁੱਧ 34-35 ਲੀਟਰ ਕਰੇ ਤੇ ਫਿਰ ਭਾਈ ਮੇਰੇ ਵਾਸ ਦੁਆ ਕਰ ਮਾਸ਼ਾਅੱਲਾ ਹਾਂਜੀ ਮਾਸ਼ਾਅੱਲਾ ਮੈਂ ਕਹਾਂ ਨਾ ਕਿ ਦੁੱਧ 40 ਕਿਲੋ ਵੀ ਕਰਸੀ ਤੇ ਭਾਈਆਂ ਨੇ ਮੇਰੀ ਜ਼ਬਾਨ ਤੇ ਫਿਰ ਵੀ ਇਤਮਾਦ ਕਰਨਾ ਕਿੰਨੇ ਦੀ ਅੱਜ ਲੇਕਿਨ ਇਨਸ਼ਾਅੱਲਾ ਤਾਲਾ ਜਾਨੀ ਭਾਈ ਮੈਂ ਬਫਜ਼ਲੇ ਖੁਦਾ ਗੱਲ ਕਰਨੀ ਹੈ ਕੋਈ ਮੇਰੀ ਇਹ ਹੱਬ ਨਹੀਂ ਜਾਂ ਮੇਰੀ ਕੋਈ ਗਰੰਟੀ ਨਹੀਂ ਗਾਂ ਗੱਬਣੇ ਇਦੀ ਬਰੀਡ ਤੇ ਫੋਕਸ ਹੈ ਫਸਟ ਟਾਈਮਰ ਹੈ ਕੁਝ ਵੀ ਕਰ ਸਕਦੇ ਫਸਟ ਟਾਈਮਰ ਹੈ ਲੇਕਿਨ ਇਹ ਕਿ ਜਿਹੜਾ ਦਾ ਸਵਾਬ ਹੈ ਨਾ ਇਧਰ ਆਏ ਨਾ ਵੇਖਣ ਜਾਨੀ ਭਾਈ ਮਾਸ਼ਾਅੱਲਾ ਪਤਾ ਚੱਲ ਜਾਂਦਾ ਹੈ ਕਿ ਚੀਜ਼ ਕੀ ਹੈ ਇਹ ਵੇਖੇ ਨਾ ਜ਼ਿੰਦਾਬਾਦ ਠੀਕ ਹੈ ਇੰਜ ਦੀਆਂ ਚੀਜ਼ਾਂ ਰੋਜ਼ ਨਹੀਂ ਲੱਭਦੀਆਂ ਅੱਜ ਕਿੰਨੇ ਦੀ ਹੈ ਮੁਕਦੀ ਮੁਕਾਈ ਜਾਨੀ ਭਾਈ ਇਸ ਬੱਚੀ ਦਾ ਤੈਨੂੰ ਪਤਾ ਹੈ ਕਿ ਇਹ ਵਜੇ ਚੀਜ਼ ਦਾ ਰੇਟ ਅਸੀਂ ਓਪਨ ਨਾ ਕਰਦੇ ਲੇਕਿਨ ਕਰਨਾ ਪੈ ਮੈਂ ਕਰਸਾਂ ਬੱਚੀ ਸਾਡੀ ਇਹ 8.5-8 ਲੱਖ ਰੁਪਏ ਜਿਸ ਭਾਈ ਨੇ ਵੀ ਚੰਗੀ ਲੱਗੀ ਨਾ ਨੋ ਔਰ ਯੈਸ 7.5 ਲੱਖ ਦੀ ਬੱਚੀ ਦੀ ਪੈਕੇਜ ਜੀ ਪੈਕੇਜ ਇੰਜ ਕੱਢ ਯਾਰ 7.5 ਲੱਖ ਦਾ ਪੈਕੇਜ ਜੀ ਕੋਈ ਬਰਾ ਦੋਸਤਾਨਾ ਚਾਹੇ ਜੀ 7,25,000 ਦਾ ਪੈਕੇਜ ਲੱਗ ਗਿਆ ਜੇ ਇਹ ਐਡ ਸਕਰੀਨ ਤੋਂ ਤੁਹਾਡੇ ਸਾਹਮਣੇ ਹੈ ਹੁਣ ਹੱਕ ਬਹੁ ਡੇਰੀ ਨੂੰ ਲਾਈਕ ਨਾ ਕਰੋ ਤੇ ਮਰਜ਼ੀ ਆ ਲਿਓ ਟਾਈਮ ਜ਼ਾਇਆ ਨਹੀਂ ਕਰਾਂਗੇ ਚਲਤੇ ਅਗਲੇ ਖੂਬਸੂਰਤ ਹੀ ਰਹੇਗੀ ਲੋ ਜੀ ਦੋਸਤੋ ਚੈੱਕ ਆਊਟ ਕਰੋ ਅਗਲਾ ਦਾਣਾ ਸਕਰੀਨ ਦੇ ਉੱਤੇ ਮਾਸ਼ਾਅੱਲਾ ਤੇ ਵੱਡੀਆਂ ਦੇ ਸ਼ਕੀਨ ਮਾਸ਼ਾਅੱਲਾ ਕ੍ਰਾਸਾਂ ਦੇ ਸ਼ਕੀਨ ਗਰਲੈਂਡੋਆਂ ਦੇ ਸ਼ਕੀਨ ਜਿਹੜੇ ਅੱਧ ਨਾ ਸੀ ਲੈਣੀ ਹੈ ਜਾਨੀ ਭਾਈ ਚੰਗੀ ਸ਼ੈ ਹੋਵੇ ਨਸਲਾਂ ਨਾਲ ਚੱਲੇ ਭਰਾ ਵੇਖਣ ਤੇ ਆਖਣ ਕੋਈ ਚੀਜ਼ ਹੈ ਉਹਨਾਂ ਵਾਸਤੇ ਅੱਜ ਮਾਸ਼ਾਅੱਲਾ ਜੀ ਪੂਰਾ ਨੱਗ ਹੈ ਪੂਰੇ ਨੱਗ ਵਿਖਾਣੇ ਨੇ ਮਾਸ਼ਾਅੱਲਾ ਇੱਕ ਤੋਂ ਵੱਧ ਕੇ ਇੱਕ ਨੱਗ ਅੱਜ ਵਿਖਾਵਾਂਗੇ ਇੱਕ ਤੋਂ ਵੱਧ ਕੇ ਇੱਕ ਪੀਸ ਵਿਖਾਵਾਂਗੇ ਸ਼ੋਅ ਕਰਾਵਾਂਗੇ ਤੇ ਪੂਰੇ ਕਰਾਵਾਂਗੇ ਹੱਕ ਬਹੁ ਡੇਰੀ ਦੇ ਉੱਤੇ ਮਾਲ ਹਮੇਸ਼ਾ ਹੀ ਕਮਾਲ ਦਾ ਮਿਲਿਆ ਟੁਰੋ ਬਾਈ ਲੈਟਰੋ ਸਲੋ ਸਲੋ ਟੁਰ ਸਲੋ ਜਿਵੇਂ ਨਖਰੇ ਵਾਲਾ ਜਾਨਵਰ ਇੰਜ ਇੱਕ ਵਾਰੀ ਨੂੰ ਟੁਰਨਾ ਆਪਣੀ ਮਰਜ਼ੀ ਨਾਲ ਐਂਡ ਆਪ ਟੁਰਦਾ ਚ ਲੱਗੇ ਉਹਨੂੰ ਨਾ ਵੇਖ ਬੁਲਾਉਣੇ ਦੀ ਲੋੜ ਹੀ ਨਹੀਂ ਤੂੰ ਮੱਠਾ ਮੱਠਾ ਟੁਰ ਇੰਜ ਤੇਰੇ ਪਿੱਛੇ ਜਾਨਵਰ ਟੁਰ ਸੀ ਮਾਸ਼ਾਅੱਲਾ ਅੱਜ ਅਰਸ਼ਦ ਮਨਾ ਛੱਡਿਆ ਫਿਰਦਾ ਉੱਥੇ ਹੀ ਲੈ ਜਾ ਇੱਥੋਂ ਕੱਢ ਕੇ ਜਾਵੀ ਗਾਂ ਇੱਕ ਵਾਰੀ ਮਾਸ਼ਾਅੱਲਾ ਪੂਰਾ ਸ਼ੌਕ ਤੋਰ ਕੇ ਮੈਨੂੰ ਵਿਖਾਣ ਦੇ ਬੁੱਲੇ ਵਿਖਾਣ ਦੇ ਫਿਰ ਅੱਗੋਂ ਗੱਲ ਹਾਜੀ ਸਾਹਿਬ ਨਾਲ ਗਿਣ ਲੈਂਦੇ ਹਾਂ ਚੈੱਕ ਕਰੋ ਜੀ ਦਾਣਾ ਜੇ ਦਾਣੇ ਤੁਹਾਨੂੰ ਪਸੰਦ ਅੱਜ ਵੀ ਨਾ ਆਵਣ ਤਾਂ ਫਿਰ ਮਰਜ਼ੀ ਆ ਲਿਓ ਹਾਂਜੀ ਹੋਇਆ ਗੁੱਲੇ ਵੇਖੋ ਯਾਰ ਮਾਸ਼ਾਅੱਲਾ ਐਂ ਪਾਵਰ ਲੱਗਦਾ ਅੱਲਾ ਪਾਕ ਦੀ ਜ਼ਿੰਦਗੀ ਕਰੇ ਨਾ ਗਰਲੈਂਡੋ ਬਣਾਇਆ ਨਹੀਂ ਬਣਦੇ ਗੱਲਾਂ ਨਾਲ ਅੱਛਾ ਗਰਲੈਂਡੋ ਤਾਂ ਬਣਦੀ ਹੈ ਕਿ ਗਰਲੈਂਡੋ ਦਾ ਵਿੱਚ ਬਲੱਡ ਹੋਵੇ ਤੇ ਚੀਜ਼ ਪੂਰੀ ਹੋਵੇ ਚੀਜ਼ ਹੋਵੇ ਬਲੱਡ ਹੋਵੇ ਤੇ ਫਿਰ ਗਰਲੈਂਡ ਹੋਵੇ ਅਗਰ ਬੂਥੀ ਤੋਂ ਲੈ ਕੇ ਇੰਜ ਨਹੀਂ ਜਾਨੀ ਭਾਈ ਇਹ ਵੇਖੇ ਨਾ ਮਾਸ਼ਾਅੱਲਾ ਝਾਲਰ ਗਾਂ ਦੇ ਕੰਨ ਵੱਡੇ ਠੀਕ ਹੈ ਗਾਂ ਦੀ ਇਹ ਵੇਖ ਨਾ ਗਾਂ ਦੀ ਮੁਕੰਮਲ ਝਾਲਰ ਠੀਕ ਹੈ ਬੱਚਿਆਂ ਫੁੱਲ ਬੱਦੇ ਸਹੀ ਹੈ ਨਜ਼ਰ ਆ ਰਹੀ ਹੈ ਔਰ ਗੁੱਲਾ ਦੁੰਨੀ ਦੁੰਨੀ ਪੂਰਾ ਕ੍ਰਾਸ ਬਲੱਡ ਲੈਣ ਗਰਲੈਂਡੋ ਦੀ ਹੋਈ
ਤੇ ਫਿਰ ਸਬਬ ਜਿਹੜੇ ਨਾ ਉਹ ਗਰਲੈਂਡੋ ਆਪਣੇ ਲਾ ਕੇ ਦੱਸੇ ਸੀ ਮੇਰੇ ਕੇ ਸਬਬ ਨਾ ਅਜੇ ਕੱਚੀ ਅਜੇ ਗਾਂ ਕੱਚੀ ਆਈ ਸਮਾਂ ਇਸ ਬਰੀਡ ਦੇ ਲੋਕ ਦੀਵਾਨੇ ਨੇ ਸਾਡੇ ਭਰਾ ਜਿਹੜੇ ਸ਼ੋਪ ਕਰਦੇ ਨੇ ਠੀਕ ਹੈ ਇਨਸ਼ਾਅੱਲਾ ਤਾਲਾ ਇਹ ਵੀਡੀਓ ਸਾਹਮਣੇ ਭਰਾਵਾਂ ਦੇ ਆ ਜਾਣਗੇ ਥੋੜੀ ਦੇਰ ਤੱਕ ਠੀਕ ਹੈ ਤੇ ਜਾਨੀ ਬਾਈ ਕੇ ਦਿਲ ਖੁਸ਼ ਹੋਇਆ ਤੇ ਫਿਰ ਭਾਈਆਂ ਨੇ ਕਿੰਨੇ ਦੀ ਆ ਜੀ ਮਾਸ਼ਾਅੱਲਾ ਲਿਖ ਦੇ ਹਾਂਜੀ ਕਿੰਨੇ ਦੀ ਹੈ ਗੱਲਾਂ ਕੱਚੀ ਕੱਚੀ ਦੀ ਗੱਲ ਕੱਚੀ ਕੱਚੀ ਆ ਤਾਂ ਫਿਰ ਐਂ ਬਿਸਮਿਲ੍ਲਾ ਕਰ ਸੋਚਣਾ ਨਹੀਂ ਜਾਨੀ ਬਾਈ ਗਾਂ ਮੇਰੀ ਇਹ ਵੀ 8.5 ਲੱਖ ਦੀ ਅੱਛਾ ਰੇਟ ਭਰਾਵਾਂ ਨੂੰ ਪੈਕੇਜ ਦੇਣੇ ਖਾਲੀ ਗੱਲਾਂ ਨਾਲ ਪੈਕੇਜ ਨਹੀਂ ਦੇਣੇ ਰੇਟ ਲਾ ਕੇ ਤੇ ਭਾਈਆਂ ਨੂੰ ਵਿਖਾਣੇ ਨੇ ਠੀਕ ਹੈ ਗਾਂ ਦੀ ਬਰੀਡ ਕੇ ਵੇ ਬਲੱਡ ਲੈਣ ਕੇ ਵੇ ਗਾਂ ਦੀ ਉਮਰ ਕੀ ਹੈ ਤੇ ਰੇਟ ਕੀ ਲੱਗਦਾ ਕਿੰਨੇ ਦੀ ਗਾਂ ਜਾਨੀ ਬਾਈ ਭਰਾਵਾਂ ਨਜ਼ਰ ਆ ਰਹੀ ਹੈ ਵੀ ਜਾਨਵਰ ਜਿਹੜਾ ਉਹ 30+ ਆ ਇਹਨੀ ਗੱਲ ਠੀਕ ਹੈ ਇਸ ਗਾਂ ਦੁੱਧ 34-35 ਲੀਟਰ ਕਰਨਾ ਕੋਈ ਮੁਸ਼ਕਲ ਨਹੀਂ ਠੀਕ ਹੈ ਕਿ ਉਹਦੇ ਵਿੱਚ ਖੂਬਸੂਰਤੀ ਵੀ ਇਤਨੀ ਹੈ ਔਰ ਉਹਦੇ ਵਿੱਚ ਕੁਆਲਿਟੀ ਇੰਨੀ ਹੈ ਫਾਈਨਲ ਕਿੰਨੇ ਦੀ ਜਾਨੀ ਬਾਈ ਇਹ 7,50,000 ਇਹ ਵੀ 7,50,000 ਦੁੱਧ ਜੀ ਅੱਜ ਦੀ ਡੇਟ 'ਚ ਵੀ 7.5 ਲੱਖ ਦਾ ਦਾਣਾ ਤੁਹਾਡੇ ਸਾਹਮਣੇ ਖਲੋਤਾ ਹੈ ਹੈਕ ਮਾਊ ਡੇਰੀ ਫਾਰਮ ਤੇ ਮਾਸ਼ਾਅੱਲਾ ਚੈੱਕ ਆਊਟ ਕਰਦਿਆਂ ਜਾਣਾ ਜਾਨਵਰ ਅੱਜ ਦੀ ਵੀਡੀਓ ਤੁਹਾਨੂੰ ਇਨਸ਼ਾਅੱਲਾ ਯਾਦ ਰਹੇਗੀ ਕਿਉਂਕਿ ਅੱਜ ਹਾਜੀ ਇੱਕ ਤੋਂ ਵੱਧ ਕੇ ਇੱਕ ਬਲੱਡ ਲਾਈਨ ਲਿਆਂਦੀ ਹੈ ਚਲਤੇ ਅਗਲੇ ਦਾਣੇ ਕਿਤੇ ਦੋਤੋ ਦੀ ਚੈੱਕ ਆਊਟ ਕਰੋ ਅੱਜ ਦੀ ਵੀਡੀਓ ਦਾ ਅਗਲਾ ਕ੍ਰਾਸ ਮਾਸ਼ਾਅੱਲਾ ਜੀ ਬੜਾ ਹੀ ਚੰਗਾ ਕ੍ਰਾਸ ਆਇਆ ਹੈ ਚੋਲਿਸਤਾਨੀ ਨਜ਼ਰ ਆ ਰਹੀ ਹੈ ਤੇ ਇੰਜ ਸਮਝੋ ਕਿ ਇੰਪੋਰਟੈਂਟ ਚੋਲਿਸਤਾਨੀ ਦਾ ਕ੍ਰਾਸ ਹੈ ਬਹੁਤ ਪਿਆਰੀ ਜਿਹੀ ਚੀਜ਼ ਫਰੀਜ਼ੀਅਨ ਚੋਲਿਸਤਾਨੀ ਐਚ ਐਫ ਚੋਲਿਸਤਾਨੀ ਇਹ ਜਾਨਵਰ ਮਨਾਉਂਦਾ ਹੈ ਆਪਣਾ ਆਪ ਜਿਹੜਾ ਕੱਦ ਬੁੱਥੇ ਦੁੱਧ ਦੇ ਲਿਹਾਜ਼ ਨਾਲ ਵੀ ਮਾਸ਼ਾਅੱਲਾ ਜੀ ਬਾਹਲੀ ਚੰਗੀ ਨਸਲ ਉਹ ਸੀ ਬੱਚਾ ਵੀ ਬੜੇ ਚੰਗਾ ਦਿੱਤਾ ਸੂ ਉਠਾ ਕੇ ਵਿਖਾ ਬੱਚੀ ਬੱਚੀ ਜਿਹੜਾ ਗਾਂ ਦਾ ਬਰੀਡਰ ਹੈ ਨਾ ਇਨਸ਼ਾਅੱਲਾ ਜਿਸ ਭਰਾ ਨੇ ਮਿਹਨਤ ਕੀਤੀ ਹੁਣੇ ਨਾਲ ਹੱਡ ਕਾਟ ਵੇਖੋ ਬਰੀਡਰ ਦੇ ਲੈ ਹਜੇ ਦਖਲ ਕੱਦ ਥੋੜਾ ਯਾਰ ਮਾਂ ਇੰਜ ਦੀ ਹੋਵੇ ਤਾਂ ਬੱਚਾ ਜਿਹੜੀ ਬੱਚੀ ਹੈ ਨਾ ਬਹੁਤ ਪਿਆਰਾ ਬੱਚਾ ਬਰੀਡਰ ਬਣੇਗਾ ਰੈਡ ਫਰੀਜ਼ਨ ਪਰ ਗੱਲ ਦੱਸ ਦੇਗਾ ਸਾਲ ਦਾ ਬੱਚਾ ਮਾਸ਼ਾਅੱਲਾ 3-4 ਲੱਖ ਦਾ ਇਹ ਜਿਹੜਾ ਬੱਚਾ ਮਾਸ਼ਾਅੱਲਾ ਨੇ ਸਾਂਭਿਆ ਬਾਕੀ ਵੈਡ ਕ੍ਰਾਸ ਤੇ ਚੋਲਿਸਤਾਨੀ ਹਜੇ ਦੁੱਧ ਕਿੰਨਾ ਇਸ ਟਾਈਮ ਮੌਕੇ ਤੇ ਜਾਨੀ ਬਾਈ ਗਾਂ ਸੂਈ ਹੈ ਸਵੇਰ 9 ਵਜੇ ਕਲੋਜ਼ ਆਪ ਕਲੋਜ਼ ਅੱਛਾ ਸਵੇਰ 9 ਵਜੇ ਗਾਂ ਡਰਾਈਵਰ ਹੋਈ ਹੈ 1 ਵਜੇ ਗਾਂ ਨੇ ਜੇਰ ਪਾਈ ਹੈ ਠੀਕ ਹੈ ਅਸਾਂ ਬੱਚੇ ਨੂੰ ਬੁਲਾ ਕੇ ਟੋਟਲ ਨਾਰਾ ਕੱਢਿਆ 3-4 ਕਿਲੋ ਠੀਕ ਹੈ ਸਿਰਫ ਵੀਡੀਓ ਲੈਣੀ ਸੀ ਅਸੀਂ ਆਖੇ ਗਾਂ ਦੀ ਵੀਡੀਓ ਲਾ ਕੇ ਫਿਰ ਚੁਆਈ ਕਰਾਂਗੇ ਓਕੇ ਹੋ ਗਿਆ ਜੀ ਬਿਲਕੁਲ ਫਰੈਸ਼ ਡਰਾਈਵਰ ਓਕੇ ਹੋ ਗਿਆ ਕਲੀਅਰ ਹੈ ਮਾਸ਼ਾਅੱਲਾ ਅੱਜ ਦੀ ਡੇਟ ਦੇ ਵਿੱਚ ਇਨਸ਼ਾਅੱਲਾ ਤਾਲਾ ਜਾਨੀ ਬਾਈ ਜਿਹੜੀ ਗਾਂ ਅੱਲਾ ਦੇ ਹੁਕਮ ਨਾਲ ਇਸ ਗਾਂ ਨੂੰ 3+ ਕਰਨਾ ਕੋਈ ਹਰਜ ਵਾਲੀ ਗੱਲ ਕੋਈ ਹਰਜ ਵਾਲੀ ਗੱਲ ਕਿਉਂ ਵੇਖੇ ਨਾ ਇਹ ਉਦਾ ਅੱਡਰ ਦੀ ਵੇਖੇ ਨਾ ਕਿੱਥੋਂ ਸ਼ੁਰੂ ਹੋ ਰਿਹਾ ਕਿੱਥੇ ਮੁੱਕ ਰਿਹਾ ਇੰਜ ਹੀ ਹੈ ਕੋਈ ਸ਼ੱਕ ਨਹੀਂ ਲੰਬਾਈ ਜੁੜਾਈ ਵੇਖ ਤਰ ਕੱਦ ਦੀ ਬੜਾ ਹੈ ਅਸਲਾ ਵੇਖੇ ਨਾ ਗਾਂ ਦਾ ਜਿਵੇਂ ਗੁੱਲੇ ਲੱਗੇ ਨੇ ਫੁੱਟ ਉੱਤੇ ਮੁੱਲ ਕਿੰਨਾ ਸੋਹਣੀ ਜੀ ਗੱਲ ਕਰੀ ਗੱਲ ਪਿਆਰ ਦੀ ਛੋਟੀ ਜੀ ਇਹ ਭਰਾ ਵੀਡੀਓ ਵੇਖਣ ਤੱਕ ਖਣਾ ਜੀ ਵਾਕਈ ਯਾਰ ਰੇਟ ਵੀ 6,75,000 ਦੀ 6,75,000 ਦੀ ਮਾਸ਼ਾਅੱਲਾ ਦੀ ਹੈ ਬੈੜੀ ਕਿ ਗਰਮੀ ਦੇ ਮੌਸਮ ਵਿੱਚ ਵੀ 3+ ਕਰ ਗਏ ਨਾ ਇਸ ਬਰੀਡਰ ਦੇ ਨਾਲ ਇੱਕ ਵਾਰੀ ਬਰੀਡਰ ਫਿਰ ਤੋਂ ਵੇਖ ਲਓ ਜੀ ਪਿੰਕ ਨੋਜ਼ ਵਾਲਾ ਰੈਡ ਫਰੀਜ਼ਨ ਬੱਚਾ ਥੱਲੇ ਹੈ ਅੱਜ ਦੀ ਡੇਟ 'ਚ 6,75,000 ਜਿਤਨੀ ਸੇਵਾ ਕਰੋਗੇ ਉਤਨਾ ਮੇਵਾ ਦੇ ਸਕਦੀ ਹੈ ਤੁਹਾਨੂੰ ਇੱਕ ਵਾਰੀ ਲਵਾ ਸਕਦੇ ਹੋ ਵੱਡੀਆਂ ਵੈੜਾਂ ਦਾ ਸ਼ੌਕ ਆ ਗਿਆ ਜੀ ਮਾਸ਼ਾਅੱਲਾ ਜਿਹੜੇ ਆਦੇ ਨਾ ਮਿਆਰੀ ਲੈਣੀਆਂ
ਗਰਲੈਂਡੋ ਲੈਣੀਆਂ ਤੇ ਕੱਦ ਬੁੱਤ ਵੀ ਉਹ ਹੋਵਨ। ਆ ਜਾਜੀ ਅਰਸ਼ਦ ਸਾਹਿਬ ਨੇ ਰਿਕਾਰਡ ਤੋੜ ਦਿੱਤੇ, ਜੇ ਕੱਦ ਬੁੱਤ ਵੀ ਉਹ ਨਾ ਹੋਵਨ ਤਾਂ ਫਿਰ ਤੁਸੀਂ ਦੱਸਣਾ, ਜੇ ਖਲੋਤੀਆਂ ਵਹਿਣਾਂ ਦੇ ਨਾਲ ਬੰਦਾ ਖਲੋਵੇ ਤਾਂ ਆਖੋ ਕਿ ਯਾਰ ਕੀ ਸ਼ਹਿਰ ਨੇ ਮਾਸ਼ਾਅੱਲਾ, ਅੱਛੀ ਤੋਂ ਅੱਛੇ ਵੀ ਬਰਾ ਜਿਹੜੇ ਖਰੀਦਦਾਰੀ ਇਹਦੇ ਵੇਖੋ। ਮੇਰਾ ਖਿਆਲ ਹੈ ਮੇਰੇ ਤਾਂ ਕਦ ਉੱਚਾ ਹੋ ਜਾਣਾ। ਹਾਜੀ ਸਾਹਿਬ ਦੇ ਕਦੋਂ ਵੀ ਵਹਿਣਾ ਕੱਦ ਮਾਸ਼ਾਅੱਲਾ ਜ਼ਿਆਦਾ ਕੱਢਦੀਆਂ ਨੇ, ਇਹ ਹੁੰਦੀ ਜੇ ਬਰੀਡ। ਇੱਕ ਵਾਰੀ ਮੁਖਤਾਰ ਪੂਰਾ ਸ਼ੋਕ ਕਰਾ ਯਾਰ, ਜੋੜਾ ਕਟੋਰੇ ਨਾਲ ਇਕੱਠੀਆਂ ਕਰਿਆ ਨਾ, ਉਸ ਕੁੰਡੇ ਚੋਂ ਕੱਢਿਆ ਕੁੰਡਾ, ਫਿਰ ਵੇਖਿਆ ਕਿਤਨਾ ਪਿਆਰ ਨਾਲ ਟੁਰਦੀਆਂ। ਹਾਜੀ ਸਾਹਿਬ ਮਾਸ਼ਾਅੱਲਾ ਹੋਠ ਉਠਾਰ ਕੱਦ ਨੇ ਪੂਰੇ, ਹਾਥੀ ਨੇ ਪੂਰੇ, ਇਹ ਜੇ ਕੱਲੀ ਸ਼ਜ਼ੋਰ ਵਾਲੀ, ਮੈਂ ਬਾਰ ਬਾਰ ਨੀ ਤੁਹਾਨੂੰ ਦੱਸਣਾ, ਇਹ ਕੱਲੀਆਂ ਕੱਲੀਆਂ ਸ਼ਜ਼ੋਰ ਵਾਲੀਆਂ ਵਹਿੜਾ ਨੇ ਫੋਕਸ ਬਾਈਆਂ ਕਰਨਾ, ਬਚਾਲੀ ਪਲੱਸ ਵਾਲੀਆਂ ਜੇ 30 ਪਲੱਸ ਵਾਲੀਆਂ ਯਾਰ। ਹਾਜੀ ਗੁੱਲੇ ਕੋਈ ਗੱਲ ਨਹੀਂ, ਹਾਜੀ ਗੁੱਲੇ ਵਿਖਾਉਣ ਦੇ, ਇੱਥੇ ਖਿਲਾਰੀ ਕੇ ਸਾਹਮਣੇ ਕੋਈ ਮੁਖਤਾਰ, ਇੱਥੇ ਡੱਕ ਇੱਕ ਵਾਰੀ ਬਹਿਣ, ਇੱਕ ਵਾਰੀ ਗਾਵਾਂ ਦੇ ਕੱਦ ਬੁੱਤ, ਗਾਵਾਂ ਦੇ ਮਾਸ਼ਾਅੱਲਾ ਜੀ ਥੱਲੇ ਗੁੱਲੇ ਜਾਨੀ ਬਾਈ ਇਹ ਵਾ ਜੀ। ਗਾਂ ਅਗਰ ਪਾਕਿਸਤਾਨ ਦੇ ਵਿੱਚ ਬਰੀਡ ਲੱਭੇ ਨੇ ਭਰਾਵਾਂ ਨੇ, ਇਸ ਕੱਦ ਦੀ ਇਸ ਲੈਵਲ ਦੀ ਗਾਂ ਪਾਕਿਸਤਾਨ ਦੇ ਵਿੱਚ ਮਿਲੇ ਜਿਸ ਫਾਰਮ ਦੇ ਵਿੱਚ ਆਵੇ ਭਰਾ ਦਵਾ ਦਿੰਦਾ, ਇੰਜ ਦੀ ਗੱਲ ਹੈ ਕੋਈ ਸਮਝ ਵੇਖ ਕੇ ਜਿੰਨਾ ਕੱਦ ਬੋਤ ਹੈ ਜਿੰਨਾ ਇੰਪੋਰਟ ਕਰਾਣੀ ਹੈ ਨਾ ਬਾਹਰੋਂ, ਉਹ ਤੈਨੂੰ ਪਤਾ ਜਦ ਡਾਲਰ ਦਾ ਰੇਟ ਜਾ ਰਿਹਾ, ਵਾਹ ਜੀ ਵਾਹ, ਆ ਡਾਲਰ ਨੂੰ ਨਰਮ ਦੇ ਗਏ ਨੇ ਪਾਕਿਸਤਾਨ ਦੇ ਪੈਸੇ ਨਾਲ ਤਕਰੀਬਨ ਕੱਚੀਆਂ ਨੇ, ਉਹ ਮੇਰਾ ਖਿਆਲ ਹੈ ਕੱਲੀ ਗਾਂ ਦੀ ਕੀਮਤ ਬਣਦੀ ਹੈ 15-15 ਲੱਖ ਇੱਕ ਗਾਂ ਦੀ। ਇਹ ਵਾ ਜੀ ਗਾਂ ਬਾਹਰੋਂ ਮੰਗਾਣੀ, ਇੱਕ ਵਾਰੀ ਫੇਰ ਲੈ ਫੇਰ ਫੇਰ ਲੈ, ਲੇਕਿਨ ਉਮੀਦ ਹੈ ਕਿ ਇਨਸ਼ਾਅੱਲਾ ਤਾਲਾ ਕਿ ਅੱਲਾਹ ਪਾਕ ਜ਼ਿੰਦਗੀ ਕਰੇ ਇਸ ਜੋੜੇ ਦੀ, ਜਦੋਂ ਜੋੜਾ ਤਿਆਰ ਹੋਇਆ ਨਾ ਤੇ ਜਾਨੇ ਬਾਈ ਭਰਾਵਾਂ ਦਾ ਦਿਲ ਰਾਜ਼ੀ ਹੋ ਸੀ, ਦੋਵਾਂ ਦੇ ਕੱਦ ਬੁੱਤ, ਦੋਵਾਂ ਦੀ ਹਾਈਟ ਵੇਟ, ਦੋਵਾਂ ਦੀ ਜਸਾਮਤ ਮਾਸ਼ਾਅੱਲਾ ਜੀ ਸੇਮ ਟੂ ਸੇਮ ਹੈ, ਦੁੱਧ ਦਾ ਰਿਕਾਰਡ ਚੰਗੀਆਂ ਕਰਸਨ, ਲੇਕਿਨ ਮੇਰੇ ਖਿਆਲ 'ਚ ਇਹ ਵੈੜ ਵੀ ਤਕਰੀਬਨ ਹਫ਼ਤਾ 10 ਦਿਨ ਨਹੀਂ ਨਹੀਂ ਜਾਨੀ ਬਾਈ, ਜਿਹੜੀ ਇਹ ਵੈੜ ਹੈ ਨਾ ਇਸ ਵੈੜ ਦੀ ਡੇਟ ਰਹਿੰਦੀ ਹੈ ਇਹ ਤਕਰੀਬਨ ਪੂਰੇ 12 ਦਿਨ ਤਕਰੀਬਨ ਤਕਰੀਬਨ 12 ਦਿਨ, ਉਹ ਹਫ਼ਤਾ 10 ਦਿਨ, 10 ਦਿਨ ਮੈਂ ਕਿਹਾ 10 12 ਦਿਨ 12 ਦਿਨ 12 ਤੋਂ 13 ਹੋ ਸਕਦੇ ਨੇ, 10 ਨਹੀਂ ਹੋਣੇ, ਜਾਨੀ ਬਾਈ ਗਾਂ ਦੀ ਕੁਆਲਿਟੀ ਹੈ, ਔਰ ਇਹ ਜਿਹੜੀ ਹੈ ਇਸ ਵੱਛੀ ਦੀ ਡੇਟ ਰਹਿੰਦੀ ਹੈ ਜੇ ਤਕਰੀਬਨ 9 ਦਿਨ 9 ਮਹੀਨੇ ਚ 9 ਮਹੀਨੇ ਚ 9 ਮਹੀਨੇ ਚ ਬਾਕੀ ਉੱਤੇ ਥੱਲੇ ਜਿਹੜਾ ਕਾਰਜਾਂ ਨੇ ਦੋਵੇਂ ਗਾਵਾਂ ਸੈਕੰਡ ਟਾਈਮਰ ਨਾਲ ਦੋਵੇਂ ਮੂੰਹ ਤੇ ਛਕੀਆਂ ਨੇ, ਪੂਰੀ ਕੁਆਲਿਟੀ ਹੈ, ਪੂਰੀ ਕੁਆਲਿਟੀ ਹੈ ਜਾਨੀ ਬਾਈ। ਦੋ ਤਾਂ ਜੀ ਦੋ ਜਾਨੀ ਬਾਈ ਸੁਣ, ਇਸ ਗਾਂ ਦਾ ਰਿਕਾਰਡ ਜਿਹੜਾ ਮਲਕਾਂ ਦਿੱਤਾ ਹੈ, ਮਲਕਾਂ ਰਿਕਾਰਡ ਦਿੱਤਾ, ਸਾਡੀ ਗਾਂ ਦੁੱਧ ਕਰਸੀ ਕੀ 50 ਲੀਟਰ, ਠੀਕ ਹੈ, ਸਾਡੀ ਗਾਂ ਦੁੱਧ ਕਰਸੀ 50 ਲੀਟਰ 50 ਲੀਟਰ, ਲੇਕਿਨ ਮੈਂ ਕਹਿੰਦਾ ਅਗਰ ਜਿਸ ਭਾਈ ਦੇ ਕੋਲ ਜਾਵੇ ਦੁੱਧ 40 ਤੋਂ 42 ਕਿਲੋ ਵੀ ਕਰੇ ਨਾ ਤੇ ਬੜਾ ਦੁੱਧ ਦੇ ਭਰਾ ਫਿਰ ਵੀ ਰਾਜ਼ੀ ਹੈ, ਜੋੜਾ ਜੀ ਤੇਰੀ ਗੱਲ ਕਰਨਾ ਕੀ ਮਕਸਦ ਹੈ, ਜੋੜਾ ਦੁੱਧ ਕਿੰਨਾ ਨਹੀਂ ਛੱਡਦਾ, ਇਹ ਜੋੜਾ ਜੋੜਾ ਇਨਸ਼ਾਅੱਲਾ ਤਾਲਾ ਉਹ ਗਾਂ ਜਿਹੜੀ ਹੈ 45 ਲੀਟਰ ਵਾਲੀ ਹੈ, ਇਹ ਗਾਂ 40 ਪਲੱਸ ਵਾਲੀ ਯਾਰ, ਗੱਲ ਕਰੀਏ ਪੱਕੀ ਗੱਲ ਕਰੀਏ, 50-60 ਲੀਟਰ ਦੁੱਧ ਨਹੀਂ ਛੱਡਦੀਆਂ, 70 ਤੋਂ 75 ਲੀਟਰ ਦੁੱਧ ਦਿਹਾੜਾ, ਐਂ ਦੀ ਕੱਢ ਯਾਰ ਮਾਸ਼ਾਅੱਲਾ ਜੀ, ਇਹ ਹਾਜੀ ਅਰਸ਼ਦ ਸਾਹਿਬ ਦੇ ਕੋਲ ਐਡੇ ਵੱਡੇ ਜਾਨਵਰ ਨੇ ਤੇ ਇਹ ਦੁੱਧ ਹਾਜੀ ਸਾਹਿਬ ਦੇ 70 ਤੋਂ 75 ਲੀਟਰ ਨਾਰਮਲ ਜੋੜਾ ਕਰਸੀ, ਕਿੰਨੇ ਦਾ ਜੋੜਾ ਨਹੀਂ ਜਾਨੀ ਬਾ, ਰੇਟ ਇਸ ਵਾਸਤੇ ਨਹੀਂ ਦੇਣਾ, ਵੇਖੇ ਨਾ ਤੂੰ ਭਾਈ ਹੈ, ਅਜੇ ਗਾਵਾਂ ਟਾਈਮ ਲੈਣੀਆਂ ਨੇ, ਕੱਚੀਆਂ ਨੇ, ਭਾਈਆਂ ਨੂੰ ਪਸੰਦ ਆਈਆਂ, ਭਰਾਵਾਂ ਨੇ ਕਾਲ ਕੀਤੀ, ਉਹਨਾਂ ਦਾ ਦਿਲ ਰਾਜ਼ੀ ਹੋਇਆ ਤੇ ਇਨਸ਼ਾਅੱਲਾ ਤਾਲਾ ਭਾਈਆਂ ਨੂੰ ਜੋੜਾ ਜਿਹੜਾ ਹੋਵੇ ਫੋਨ ਦੇ ਉੱਤੇ ਕਰ ਲਾਂਗੇ ਜਾਨੀ ਬਾਈ, ਬੱਚੀਆਂ ਪਹਿਲਣਾ ਨੇ ਇਸ ਅੱਜ ਦੀ ਖੂਬਸੂਰਤ ਜੀ ਵੀਡੀਓ, ਹਾਜੀ ਅਰਸ਼ਦ ਇਕਬਾਲ ਸਾਹਿਬ ਦੀ ਹੱਕ ਬਾਉ ਡੇਰੀ ਤੋਂ ਕਿਵੇਂ ਦੀ ਲੱਗੀ ਕਮੈਂਟ ਜ਼ਰੂਰ ਦੱਸਿਓ, ਮੌਕੇ ਤੱਕ ਚੈੱਕ ਕਰਕੇ ਲੈ ਜਾ ਸਕਦੇ ਹੋ, ਦੋਵੇਂ ਯਾਦ ਰੱਖਿਓ ਅੱਲਾ ਹਾਫਿਜ਼ ਜੀ, ਹਰ ਬਰਾਂ ਨੂੰ ਅੱਲਾ ਪਾਕ ਇੰਡੀਆ ਸੋਹਣੀਆਂ ਵਹਿਣੀਆਂ ਚੋਣੀਆਂ ਪੀਣੀਆਂ ਨਸੀਬ ਕਰੇ, ਪਾਕਿਸਤਾਨ ਜ਼ਿੰਦਾਬਾਦ।